ਸਤਿ ਸ਼੍ਰੀ ਅਕਾਲ ਮੈਂ ਸਿਮਰਨ ਫੈਕਟ ਨਿਊਜ਼ ਬਾਲੀਵੁੱਡ ਚਿੰਗਾਰ ਦੇ ਵਿੱਚ ਤੁਹਾਡੇ ਸਭ ਦਾ ਸਵਾਗਤ ਕਰਦੀ ਹਾਂ ਦੋਸਤੋ ਗੱਲ ਕਰਦੇ ਹਾਂ ਟੌਪ 5 ਖਬਰਾਂ ਦੀ ਤਾਂ ਸਭ ਤੋਂ ਪਹਿਲਾ ਨਾਮ ਹੈ ਸਨਾ ਖਾਨ ਦਾ ਸਨਾ ਖਾਨ ਇੱਕ ਅਜਿਹੀ ਐਕਟਰੈਸ ਹੈ ਜੋ ਕਿ ਇਹ ਸਾਰਾ ਸਟਾਰਡਮ ਛੱਡ ਕੇ ਇੱਕ ਆਮ ਜ਼ਿੰਦਗੀ ਬਤੀਤ ਕਰ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਅੱਜ ਕੱਲ੍ਹ ਉਹ ਆਪਣੀ ਪ੍ਰੈਗਨੈਂਸੀ ਦੇ ਟਾਈਮ ਨੂੰ ਖੂਬ ਇੰਜੋਏ ਕਰਦੀ ਦਿਖਾਈ ਦੇ ਰਹੀ ਹੈ ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੀ ਮਾਂ ਦੇ ਨਾਲ ਬੇਹੱਦ ਹੀ ਭਾਵੁਕ ਵੀਡੀਓ ਸਾਂਝਾ ਕੀਤਾ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਇਸ ਦੇ ਨਾਲ ਹੀ ਮਾਂ ਅਤੇ ਬੇਟੀ ਦੇ ਪਿਆਰ ਨੂੰ ਵੇਖ ਹਰ ਕੋਈ ਭਾਵੁਕ ਹੁੰਦਾ ਦਿਖਾਈ ਦੇ ਰਿਹਾ ਹੈ ਐਕਟਰੈਸ ਸਨਾ ਖਾਨ ਅਤੇ ਅਨਸ ਸੈਯਦ ਦੇ ਘਰ ਜਲਦ ਹੀ ਛੋਟਾ ਮਹਿਮਾਨ ਆਉਣ ਵਾਲਾ ਹੈ ਸਨਾ ਆਪਣੀ ਪ੍ਰੈਗਨੈਂਸੀ ਦੇ ਦੌਰ ਨੂੰ ਕਾਫੀ ਇੰਜੋਏ ਕਰਦੀ ਦਿਖਾਈ ਦੇ ਰਹੀ ਹੈ ਅਤੇ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਅਪਡੇਟ ਸੋਸ਼ਲ ਮੀਡੀਆ 'ਤੇ ਫੈਨਸ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਫਿਲਹਾਲ ਸਨਾ ਨੇ ਆਪਣੀ ਮਾਂ ਦਾ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਇੱਕ ਪਿਆਰੀ ਪੋਸਟ ਲਿਖੀ ਹੈ ਅਤੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਦੀ ਮਾਂ ਉਸ ਦਾ ਹਰ ਤਰ੍ਹਾਂ ਦੇ ਨਾਲ ਖਿਆਲ ਰੱਖ ਰਹੀ ਹੈ ਉਸ ਦੀ ਮਾਂ ਗਰਭਵਤੀ ਸਨਾ ਖਾਨ ਦੀ ਹਰ ਤਰ੍ਹਾਂ ਨਾਲ ਦੇਖਭਾਲ ਕਰ ਰਹੀ ਹੈ ਅਜਿਹੇ ਵਿੱਚ ਐਕਟਰੈਸ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ ਜਿਸ ਵਿੱਚ ਉਹ ਬੁਰਖਾ ਪਾ ਕੇ ਉੱਪਰ ਬੈਠੀ ਦਿਖਾਈ ਦੇ ਰਹੀ ਹੈ ਅਤੇ ਉਸਦੀ ਮਾਂ ਜੁੱਤਿਆਂ ਦੇ ਫੀਤੇ ਬੰਨ੍ਹਦੀ ਨਜ਼ਰ ਆ ਰਹੀ ਹੈ ਅਸਲ 'ਚ ਸਨਾ ਨੂੰ ਚੁੱਕਣ ਵਿੱਚ ਦਿੱਕਤ ਆ ਰਹੀ ਹੈ ਇਸ ਲਈ ਉਹਨਾਂ ਦੀ ਮਾਂ ਨੇ ਉਹਨਾਂ ਨੂੰ ਜੁੱਤਿਆਂ ਦੇ ਫੀਤੇ ਬੰਨ੍ਹਣ ਦਿੱਤੇ ਇਸ ਦੌਰਾਨ ਸਨਾ ਵੀ ਮਾਂ ਦੇ ਇਸ ਪਿਆਰ ਨੂੰ ਦੇਖ ਕੇ ਕੁਝ ਭਾਵੁਕ ਹੁੰਦੀ ਦਿਖਾਈ ਦੇ ਰਹੀ ਹੈ ਉੱਥੇ ਵੀ ਫੈਨਸ ਲਗਾਤਾਰ ਕਮੈਂਟ ਕਰ ਦੋਵਾਂ ਦੀ ਇਸ ਵੀਡੀਓ ਨੂੰ ਖੂਬ ਪਸੰਦ ਕਰ ਰਹੇ ਨੇ ਪੰਜਾਬੀ ਸਿੰਗਰ ਮਿਸ ਪੂਜਾ ਦੀ ਗੱਲ ਕਰੀਏ ਤਾਂ ਮਿਸ ਪੂਜਾ ਨੇ ਹਾਲ ਫਿਲਹਾਲ ਹੀ ਬਾਏ ਬਾਏ ਕਰ ਦਿੱਤਾ ਸੀ ਸੋਸ਼ਲ ਮੀਡੀਆ ਨੂੰ ਜਿਸ ਦੇ ਚੱਲਦੇ ਉਹਨਾਂ ਦੇ ਫੈਨਸ ਕਾਫੀ ਨਿਰਾਸ਼ ਹੋ ਗਏ ਸੀ ਪਰ ਹੁਣ ਉਹਨਾਂ ਦੇ ਫੈਨਸ ਲਈ ਇੱਕ ਵੱਡੀ ਗੁੱਡ ਨਿਊਜ਼ ਇਹ ਹੈ ਕਿ ਉਹਨਾਂ ਨੇ ਵਾਪਸੀ ਕਰ ਲਈ ਹੈ ਸੋਸ਼ਲ ਮੀਡੀਆ ਦੇ ਉੱਤੇ ਅਤੇ ਇਸ ਤਸਵੀਰ ਦੇ ਨਾਲ ਕੀਤੀ ਹੈ ਉਹਨਾਂ ਨੇ ਵਾਪਸੀ ਇਸ ਦੇ ਨਾਲ ਹੀ ਉਹਨਾਂ ਨੇ ਫੈਨਸ ਨੂੰ ਦਿੱਤਾ ਹੈ ਪਿਆਰਾ ਜਿਹਾ ਸਰਪ੍ਰਾਈਜ਼ ਪੰਜਾਬੀ ਗਾਇਕਾ ਮਿਸ ਪੂਜਾ ਦੇ ਫੈਨਸ ਲਈ ਚੰਗੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਵਾਪਸੀ ਕਰ ਲਈ ਹੈ ਹਰ ਕੋਈ ਇਸ ਗੱਲ ਤੋਂ ਜਾਣੂ ਹੈ ਕਿ ਕੁਝ ਦਿਨ ਪਹਿਲਾਂ ਹੀ ਮਿਸ ਪੂਜਾ ਨੇ ਇੰਸਟਾਗ੍ਰਾਮ ਉੱਪਰ ਪੋਸਟ ਸਾਂਝੀ ਕਰ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿ ਦਿੱਤਾ ਸੀ ਹਾਲਾਂਕਿ ਉਹ ਇੰਨੀ ਜਲਦੀ ਵਾਪਸੀ ਕਰੇਗੀ ਇਸ ਗੱਲ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਸੀ ਇਸ ਦੇ ਨਾਲ ਹੀ ਫੈਨਸ ਵੀ ਮਿਸ ਪੂਜਾ ਦੀਆਂ ਪੋਸਟਾਂ ਉੱਪਰ ਲਗਾਤਾਰ ਕਮੈਂਟ ਕਰ ਵਾਪਸੀ ਲਈ ਕਹਿ ਰਹੇ ਸੀ ਜਿਸ ਤੋਂ ਬਾਅਦ ਆਪਣੀ ਤਸਵੀਰ ਸ਼ੇਅਰ ਕਰ ਗਾਇਕਾ ਨੇ ਫੈਨਸ ਲਈ ਖਾਸ ਕੈਪਸ਼ਨ ਲਿਖਿਆ ਗਾਇਕਾ ਮਿਸ ਪੂਜਾ ਨੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਮੈਂ ਵਾਪਸ ਆ ਗਈ ਹਾਂ ਇਸੇ ਖੁਸ਼ੀ ਵਿੱਚ ਚੌਕਲੇਟ ਖਾਓਗੇ ਸਾਰੇ ਤੁਹਾਨੂੰ ਬਹੁਤ ਯਾਦ ਕੀਤਾ ਪਰ ਮੈਨੂੰ ਸੱਚਮੁੱਚ ਇਸ ਬ੍ਰੇਕ ਦੀ ਜ਼ਰੂਰਤ ਸੀ ਲਵ ਯੂ ਆਲ ਉਹਨਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਬਲੈਕ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ ਸੀ ਬਾਏ ਬਾਏ ਸੋਸ਼ਲ ਮੀਡੀਆ ਜਿਸ ਤੋਂ ਬਾਅਦ ਮਿਸ ਪੂਜਾ ਦੇ ਫੈਨਸ ਬੇਹੱਦ ਨਿਰਾਸ਼ ਤੇ ਪਰੇਸ਼ਾਨ ਹੋ ਗਏ ਸੀ ਫਿਲਹਾਲ ਗਾਇਕਾ ਨੇ ਆਪਣੀ ਸੋਸ਼ਲ ਮੀਡੀਆ ਦੇ ਉੱਤੇ ਵਾਪਸੀ ਕਰ ਲਈ ਜਿਸ ਦੇ ਚੱਲਦੇ ਫੈਨਸ ਬੇਹੱਦ ਖੁਸ਼ ਨੇ ਕਮੈਂਟ ਕਰ ਲਗਾਤਾਰ ਆਪਣੀ ਖੁਸ਼ੀ ਜ਼ਾਹਿਰ ਕਰ ਰਹੇ ਨੇ ਬਾਲੀਵੁੱਡ ਐਕਟਰ ਅਰਜਨ ਕਪੂਰ ਦੀ ਗੱਲ ਕਰੀਏ ਤਾਂ ਬੀਤੇ ਦਿਨ ਹੀ ਉਹਨਾਂ ਨੇ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ ਇਸ ਦੇ ਉੱਤੇ ਉਹਨਾਂ ਨੇ ਇੱਕ ਪਾਰਟੀ ਥਰੋ ਕੀਤੀ ਜਿਸ ਦੇ ਵਿੱਚ ਉਹਨਾਂ ਦੀ ਗਰਲਫ੍ਰੈਂਡ ਮਲਾਇਕਾ ਅਰੋੜਾ ਕੁਛ ਇਸ ਅੰਦਾਜ਼ ਦੇ ਵਿੱਚ ਆਈ ਨਜ਼ਰ 25 ਜੂਨ ਨੂੰ ਰਾਤ ਐਕਟਰੈਸ ਅਰਜੁਨ ਕਪੂਰ ਨੇ ਆਪਣੇ ਘਰ ਆਪਣੇ ਜਨਮ ਦਿਨ ਦੀ ਪਾਰਟੀ ਰੱਖੀ ਸੀ ਜਿਸ ਵਿੱਚ ਮਲਾਇਕਾ ਅਰੋੜਾ ਅੰਸ਼ੁਲਾ ਕਪੂਰ ਖੁਸ਼ੀ ਕਪੂਰ ਅਤੇ ਹੋਰ ਕਈਆਂ ਨੇ ਸ਼ਿਰਕਤ ਕੀਤੀ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ 26 ਜੂਨ ਨੂੰ 38 ਸਾਲ ਦੇ ਹੋ ਗਏ ਨੇ ਬੀਤੀ ਰਾਤ ਉਹਨਾਂ ਨੇ ਆਪਣੇ ਘਰ ਦੇ ਵਿੱਚ ਪਾਰਟੀ ਰੱਖੀ ਸੀ ਜਿਸ ਵਿੱਚ ਉਹਨਾਂ ਦੀ ਗਰਲਫ੍ਰੈਂਡ ਮਲਾਇਕਾ ਅਰੋੜਾ ਅਤੇ ਉਸਦੀਆਂ ਭੈਣਾਂ ਪਹੁੰਚੀਆਂ ਜਨਮ ਦਿਨ ਦੀ ਪਾਰਟੀ ਵਿੱਚ ਅਰਜੁਨ ਸਿੰਪਲ ਲੁੱਕ ਦੇ ਵਿੱਚ ਨਜ਼ਰ ਆਏ ਉੱਥੇ ਹੀ ਪੈਪਸ ਨੇ ਉਹਨਾਂ ਨੂੰ ਉਹਨਾਂ ਦੇ ਘਰ ਦੇ ਬਾਹਰ ਹੀ ਕਲਿੱਕ ਕੀਤਾ ਉਹਨਾਂ ਨੇ ਬਲੈਕ ਹਾਫ ਸਲੀਵ ਸ਼ਰਟ ਪਹਿਨੀ ਹੋਈ ਸੀ ਇਸ ਦੇ ਨਾਲ ਹੀ ਉਹਨਾਂ ਨੇ ਬਲੈਕ ਪੈਂਟ ਕੈਰੀ ਕੀਤੀ ਸੀ ਤੁਹਾਨੂੰ ਦੱਸ ਦਈਏ ਕਿ ਮਲਾਇਕਾ ਅਰੋੜਾ ਇਸ ਪਾਰਟੀ ਦੇ ਵਿੱਚ ਲਾਈਮਲਾਈਟ ਲੁੱਟਦੀ ਦਿਖਾਈ ਦਿੱਤੀ ਮਲਾਇਕਾ ਆਪਣੇ ਫੈਨਸ ਨੂੰ ਆਪਣੀ ਫੈਸ਼ਨ ਸੈਂਸ ਦੇ ਨਾਲ ਹਮੇਸ਼ਾ ਹੀ ਹੈਰਾਨ ਕਰ ਦਿੰਦੀ ਹੈ ਅਰਜੁਨ ਦੇ ਜਨਮ ਦਿਨ 'ਤੇ ਉਹ ਪ੍ਰਿੰਟਡ ਬੋਡੀਕੋਨ ਮੈਕਸੀ ਡਰੈਸ ਦੇ ਵਿੱਚ ਨਜ਼ਰ ਆਈ ਜੋ ਕਿ ਉਹਨਾਂ 'ਤੇ ਖੂਬ ਜੱਟ ਰਹੀ ਸੀ ਵੈਲ ਇਸ ਦੌਰਾਨ ਮਲਾਇਕਾ ਨੇ ਖੂਬ ਡਾਂਸ ਵੀ ਕੀਤਾ ਜਿਸਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਗੱਲ ਕਰਦੇ ਹਾਂ ਪਰੀਨੀਤੀ ਚੋਪੜਾ ਦੀ ਪਰੀਨੀਤੀ ਚੋਪੜਾ ਜੋ ਕਿ ਹਾਲ ਫਿਲਹਾਲ ਇੱਕ ਇਵੈਂਟ ਦੇ ਵਿੱਚ ਪਹੁੰਚੀ ਸੀ ਜਿੱਥੋਂ ਦੀ ਪੈਪਸ ਨੇ ਜਦੋਂ ਉਹਨਾਂ ਨੂੰ ਕੈਪਚਰ ਕੀਤਾ ਤਾਂ ਉਹ ਥੋੜ੍ਹਾ ਜਿਹਾ ਚਿੜ ਗਈ ਜਿਸਦਾ ਹੁਣ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੀ ਨਹੀਂ ਹੋ ਰਿਹਾ ਬਲਕਿ ਉਹਨਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰੀਨੀਤੀ ਚੋਪੜਾ ਨੇ ਕੁਝ ਸਮਾਂ ਪਹਿਲਾਂ ਹੀ ਮੰਗਣੀ ਕੀਤੀ ਸੀ ਇਸ ਦੌਰਾਨ ਪੈਪਸ ਨੇ ਉਸ ਨੂੰ ਬਹੁਤ ਲਾਈਮਲਾਈਟ ਵਿੱਚ ਰੱਖਿਆ ਇਸ ਕਾਰਨ ਸੋਸ਼ਲ ਮੀਡੀਆ 'ਤੇ ਪਰੀਨੀਤੀ ਦੀ ਕਾਫੀ ਚਰਚਾ ਹੋਈ ਦੂਜੇ ਪਾਸੇ ਹਾਲ ਹੀ ਦੇ ਵਿੱਚ ਜਦੋਂ ਪਰੀਨੀਤੀ ਇੱਕ ਖਾਸ ਜਗ੍ਹਾ 'ਤੇ ਪਹੁੰਚੀ ਤਾਂ ਪੈਪਸ ਨੇ ਦੇਖ ਉਹ ਕਾਫੀ ਚਿੜ ਗਈ ਅਸਲ ਵਿੱਚ ਪਰੀਨੀਤੀ ਚੋਪੜਾ ਇੱਕ ਇਵੈਂਟ ਵਿੱਚ ਪਹੁੰਚੀ ਸੀ ਸਾਧਾਰਨ ਕੁੜਤਾ ਅਤੇ ਪਲਾਜ਼ੋ ਪਹਿਨੀ ਅਦਾਕਾਰਾ ਜਦੋਂ ਇਵੈਂਟ ਵਿੱਚ ਐਂਟਰੀ ਲੈ ਰਹੀ ਸੀ ਤਾਂ ਪੈਪਸ ਨੇ ਉਹਨਾਂ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਜਿਸ 'ਤੇ ਐਕਟਰੈਸ ਨੇ ਇਤਰਾਜ਼ ਜਤਾਇਆ ਜਿਵੇਂ ਹੀ ਪਰੀਨੀਤੀ ਦੇ ਪੈਪਸ ਨੂੰ ਦੇਖਿਆ ਉਸਦਾ ਮੂਡ ਖਰਾਬ ਹੋ ਗਿਆ ਇਸ ਦੌਰਾਨ ਪਰੀਨੀਤੀ ਨੇ ਗੁੱਸੇ ਵਿੱਚ ਆਖ ਗਿਆ ਓ ਯਾਰ ਬਸ
ਹੁਣ ਪਰਿਣੀਤੀ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਅਜੇ ਵਿੱਚ ਲੋਕ ਪਰਿਣੀਤੀ ਦੇ ਰਵੱਈਏ ਦੇ ਉੱਤੇ ਸਵਾਲ ਚੁੱਕ ਰਹੇ ਨੇ। ਇਸ ਦੌਰਾਨ ਕਈ ਲੋਕ ਪਰਿਣੀਤੀ ਨੂੰ ਐਰੋਗੈਂਟ ਕਹਿ ਰਹੇ ਨੇ, ਜਦੋਂ ਕਿ ਕਈਆਂ ਨੇ ਕਿਹਾ ਕਿ ਉਹ ਬਿਨਾਂ ਵਜ੍ਹਾ ਅਜਿਹਾ ਰਵੱਈਆ ਕਿਉਂ ਕਰ ਰਹੀ ਹੈ। ਅਜਿਹੇ ਮਸ਼ਹੂਰ ਲੋਕਾਂ ਨੂੰ ਕਵਰ ਨਾ ਕਰਿਆ ਕਰੋ ਜੋ ਮੂੰਹ ਬਣਾਉਂਦੇ ਨੇ। ਵੈਲ ਇਹ ਵੀਡੀਓ ਵੇਖ ਹਰ ਕੋਈ ਹੈਰਾਨ ਰਹਿ ਗਿਆ। ਉੱਥੇ ਹੀ ਲਗਾਤਾਰ ਪਰਿਣੀਤੀ ਨੂੰ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਗੱਲ ਕਰਦੇ ਹਾਂ ਬਾਲੀਵੁੱਡ ਐਕਟਰੈਸ ਰਕੁਲਪ੍ਰੀਤ ਦੀ। ਰਕੁਲਪ੍ਰੀਤ ਜੋ ਕਿ ਅਕਸਰ ਹੀ ਆਪਣੀਆਂ ਦਿਲਕਸ਼ ਅਦਾਵਾਂ ਦੇ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੀ ਹੈ, ਹਾਲ ਫਿਲਹਾਲ ਹੀ ਉਹਨਾਂ ਨੂੰ ਐਕਟਿੰਗ ਲੁੱਕ ਦੇ ਵਿੱਚ ਦੇਖਿਆ ਗਿਆ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਨੇ। ਅਤੇ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਰਕੁਲਪ੍ਰੀਤ ਦਾ ਲੇਟੈਸਟ ਐਥਨਿਕ ਲੁੱਕ। ਬਾਲੀਵੁੱਡ ਐਕਟਰੈਸ ਰਕੁਲਪ੍ਰੀਤ ਸਿੰਘ ਹਮੇਸ਼ਾ ਹੀ ਇੰਸਟਾਗ੍ਰਾਮ 'ਤੇ ਬੋਲਡ ਐਂਡ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ, ਜੋ ਕਿ ਉਹਨਾਂ ਦੇ ਫੈਨਸ ਨੂੰ ਕਾਫੀ ਪਸੰਦ ਹੈ। ਰਕੁਲਪ੍ਰੀਤ ਸਿੰਘ ਜਦੋਂ ਵੀ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਹੈ ਤਾਂ ਕੁਝ ਮਿੰਟਾਂ ਵਿੱਚ ਹੀ ਵਾਇਰਲ ਹੋ ਜਾਂਦੀਆਂ ਨੇ। ਹਾਲ ਹੀ ਵਿੱਚ ਐਕਟਰੈਸ ਨੇ ਆਪਣੇ ਲੇਟੈਸਟ ਲੁੱਕ ਦੇ ਨਾਲ ਇੰਟਰਨੈਟ 'ਤੇ ਧੂਮ ਮਚਾ ਦਿੱਤੀ ਹੈ। ਇਹਨਾਂ ਤਸਵੀਰਾਂ ਵਿੱਚ ਐਕਟਰੈਸ ਬੇਹੱਦ ਹੌਟ ਲੱਗ ਰਹੀ ਹੈ। ਰਕੁਲਪ੍ਰੀਤ ਸਿੰਘ ਆਪਣੇ ਸ਼ਾਨਦਾਰ ਲੁੱਕ ਅਤੇ ਫੈਸ਼ਨ ਸੈਂਸ ਕਾਰਨ ਸੋਸ਼ਲ ਮੀਡੀਆ 'ਤੇ ਖੂਬ ਸੁਰਖੀਆਂ ਬਟੋਰ ਰਹੀ ਹੈ। ਐਕਟਰੈਸ ਦੇ ਆਊਟਫਿਟ ਦੀ ਗੱਲ ਕਰੀਏ ਤਾਂ ਇਸ ਦੌਰਾਨ ਉਹਨਾਂ ਨੇ ਫਲੋਰਲ ਕਲਰ ਦਾ ਕੋਟ ਸੈੱਟ ਪਹਿਨਿਆ ਹੈ, ਜੋ ਕਿ ਉਹਨਾਂ 'ਤੇ ਖੂਬ ਜੱਚ ਰਿਹਾ ਹੈ। ਇਹ ਐਥਨਿਕ ਲੁੱਕ ਦੇਖ ਫੈਨਸ ਹੈਰਾਨ ਰਹਿ ਗਏ ਅਤੇ ਲਗਾਤਾਰ ਉਹਨਾਂ ਦੀ ਇਸ ਪੋਸਟ ਦੇ ਉੱਤੇ ਕਮੈਂਟ ਕਰ ਉਹਨਾਂ ਦੇ ਪੋਸਟ ਦੇ ਉੱਤੇ ਪਿਆਰ ਵਰਸਾਉਂਦੇ ਦਿਖਾਈ ਦੇ ਰਹੇ ਨੇ। ਵੈਲ ਇਸ ਦੌਰਾਨ ਐਕਟਰੈਸ ਬੇਹੱਦ ਹੀ ਖੂਬਸੂਰਤ ਲੱਗ ਰਹੀ ਹੈ ਅਤੇ ਅਲੱਗ ਅਲੱਗ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਉਹਦੇ ਹੀ ਉਹਨਾਂ ਨੇ ਬੜਾ ਹੀ ਸਟਲ ਮੇਕਅਪ ਕੀਤਾ ਹੈ ਅਤੇ ਨਾਲ ਹੀ ਉਹਨਾਂ ਨੇ ਆਪਣੀ ਇਸ ਲੁੱਕ ਨੂੰ ਪੋਨੀਟੇਲ ਦੇ ਨਾਲ ਕੰਪਲੀਟ ਕੀਤਾ। ਵੈਲ ਐਕਟਰੈਸ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਖੂਬ ਧੂਮਾਂ ਮਚਾਉਂਦੀਆਂ ਦਿਖਾਈ ਦੇ ਰਹੀਆਂ ਨੇ। ਹੁਣ ਟੌਪ 5 ਦੇ ਵਿੱਚ ਨਾ ਹੀ ਜਲਦ ਮਿਲਾਂਗੇ ਤੁਹਾਨੂੰ ਹੋਰ ਅਪਡੇਟਸ ਦੇ ਨਾਲ। ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।